स्वागत है किसान वीरो सिदक डेयरी फार्मिंग दे विच। किसान वीरो अज जिहड़ी वीडियो बना रहे हैं ये शहर बाघा पुराणा, बाघा पुराणा मोगे जिले की तहसील है। मोगे तो कोटकपुरे वाली सड़क के उत्ते शहर जिहड़ा वो आउंदा है, चौंक है दोस्तों एक तरह का बाघा पुराणा, क्योंकि जिहड़े वीर फिरोजपुर वालों आना चाहुंदे आ तां मुद्दकी तो सड़क जिहड़ी अगे निहाल सिंह वाले नूं लंघदी उह बाघे पुराणे विच आउंदी है। दूजे पासे कोटकपुरे तो मोगे नूं जाणा तां वी जिहड़ा बाघा पुराणा वह सड़क के उत्ते आउंदा, भगते वाले पासों भी सीधी सड़क बाघे पुराणे च आ जाती है। सो जिहड़े घर चों वीडियो बना रहे दोस्तों ये घर बाघा पत्ती च है, तो नेड़े लोपोवाला गुरु घर है, गुरद्वारा साहब है लोपोवाला, जिथे ये बाई जी होरां दा घर है, तो इन्हां दा पशु पालन का काम है। इधर काफ़ी सारिया मझां, हालांकि ये शहर के आ गए घर हुण, पर बहुत मझां इन्हां कोल रखियां हुई। अज ये सामने मझ बाई होरां ने विकाऊ की है, मार्किंग नीली रावी वाली है, गुलाबी जीव है, बाकी तुसीं इहदी ब्रीड नूं जो मर्जी समझो, इनफॉर्मेशन इहदे संबंधी लै लांगे। विकाऊ है, रेट वीडियो च होगा, पर मुल हमेशा मालक की मर्जी का हुंदा है। वीडियो बनाने वाले का काम है इनफॉर्मेशन पशु संबंधी देनी, तो बाहरी तौर पर हरेक पक्ष तो दिखाने की कोशिश रहिंदी है, जे कोई कितों भी 19-21 फर्क लगे वह भी दसन की कोशिश हुंदी है। कदकाठ मझ का चंगा दसो, वेल चंगी है, हुणे नवा के बाई होरी हटे है तो जगाली इन्हें करनी शुरू करती है। सुभा की ठंडी सील है, डर के माड़ा मोट तुर पे इधर उधर तो कुछ कह नहीं सकते, पर ऊ शांत जे सुभा की है। अखां की जे गल करदे दसो तो इधरले पासे देखोगे वाइट अख तुहानू चमकदी दिसूगी, तो इस साइड ते अख जिहड़ी उहदे च जवाब है, जिवें आपां कह दिंदे आ वी पूरी अख नहीं है तां विच्चों कुछ भाग चिट्टा जरूर नज़र आउंदा है, फिर भी आके तुसीं फाइनल करोगे। सो बिल्कुल कुंडे सिंगां दी मझ, आओ जानकारी बाई तो लईए, बाद च तुहानू नाल तोर के भी दिखावांगे। ਬਾਈ ਸਤਿ ਸ਼੍ਰੀ ਅਕਾਲ, ਨਾਮ ਦੱਸੋ ਬਾਈ। ਗੁਰਪ੍ਰੀਤ ਬਾਈ। ਗੁਰਪ੍ਰੀਤ ਬਾਈ, ਅੱਜ ਜਿਹੜੀ ਇਹ ਮੱਝ ਆਪਾਂ ਵੇਚਣ ਲੱਗੇ, ਇਹ ਐਤਕੀ ਕਹਿੰਦੇ ਮਾ ਸੂਆ ਸੂ ਰਹੀ ਹੈ? ਇਹ ਦੂਜਾ ਸੂਆ ਸੂ ਰਹੀ ਬਾਈ। ਇਹ ਆਪਣੀ ਖਰੀਦੀ ਹੈ ਜਾਂ ਘਰ ਦੀ? ਖਰੀਦੀ ਹੈ ਬਾਈ। ਪਹਿਲੇ ਸੂਏ ਖਰੀਦੀ ਸੀ? ਹਾਂਜੀ। ਸੱਜਰ ਸੀ ਜਾਂ ਤੋਕੜ? ਤੋਕੜ ਸੀਗੀ ਬਾਈ। ਤੋਕੜ ਸੀਗੀ? ਹਾਂਜੀ। ਕਿੰਨਾ ਦੁੱਧ ਦਿੰਦੀ ਸੀ? ਤੇਰੀ ਬਾਈ ਸੇਵਾ ਕਰਕੇ ਮੁੜ ਕੇ 8-8 ਕਿਲੋ ਦੁੱਧ ਤੇ ਆ ਗਈ ਸੀਗੀ ਬਾਈ ਇਹ। ਪਹਿਲਾਂ ਘੱਟ ਸੀਗਾ? ਪਹਿਲਾਂ ਘੱਟ ਸੀਗਾ ਬਾਈ। ਜਦੋਂ ਖਰੀਦੀ ਹੈ ਉਹ ਦਿਖਾਇਓ ਬੜਾ ਵੀਡੀਓ। ਹਾਂਜੀ। ਦੱਸੋ ਜਦੋਂ ਖਰੀਦੀ ਹੈ ਨਾ ਬਾਈ ਹੋਰਾਂ ਨਾਲ, ਪਹਿਲਾਂ ਵੀ ਗੱਲਾਂ ਹੋਈਆਂ ਵੀ ਇਹ 4 ਕਿਲੋ ਦੁੱਧ ਦਿੰਦੀ ਸੀ, ਪਰ ਜਦੋਂ ਸੇਵਾ ਕੀਤੀ ਤੇ 8 ਕਿਲੋ ਦੁੱਧ ਤੇ ਆ ਗਈ। ਮੈਂ ਤੁਹਾਨੂੰ ਇਹਦੀ ਕੰਡੀਸ਼ਨ ਦਿਖਾਉਣਾ ਹੈ ਜਦੋਂ ਬਾਈ ਨੇ ਖਰੀਦੀ ਹੈ। ਕੰਡੀਸ਼ਨ ਵੀ ਬਹੁਤ ਮਾੜੀ ਸੀ ਬਾਈ। ਇਦਾਂ ਦੀ ਸੀ ਇਹ ਦੋਸਤੋ, ਜਦੋਂ ਖਰੀਦੀ ਹੈ ਪਹਿਲੇ ਸੂਏ ਤੋਕੜ 4 ਕਿਲੋ ਦੁੱਧ ਸੀ ਜਦੋਂ ਇਦਾਂ ਦੀ ਕੰਡੀਸ਼ਨ 'ਚ ਸੀ, ਤੇ ਜਦੋਂ ਬਾਈ ਨੇ ਸੰਭਾਲੀ ਤੇ 8 ਕਿਲੋ ਦੁੱਧ ਤੇ ਵੀਰ ਕਹਿੰਦਾ ਵੀ ਆ ਗਈ, ਹੁਣ ਇਹ ਦੂਜਾ ਸੂਆ ਸੌਣ ਲੱਗੀ ਹੈ। ਬਾਈ ਅੰਦਾਜ਼ਾ ਦੇਣ ਕਿੰਨੇ ਕਿਲੇ ਜੂਗੀ? ਅੰਦਾਜ਼ਾ ਬਾਈ 10 ਜਾਂ 5 5-10 ਦਿਨ ਲੈ ਜੂਗੀ। 5-10 ਦਿਨ ਹਜੇ ਲੈ ਜੂਗੀ। ਸੀਮਨ ਜਿਹੜਾ ਲੱਗਾ ਹੈ ਉਹ ਧਿਆਨ ਛੇ ਕਿਹੜਾ ਬੋਲ? ਨੰਗਲ ਲੱਗੇ ਬਾਈ। ਨੰਗਲ ਜਿਹੜਾ ਨਾਭੇ ਫਾਰਮ ਦਾ? ਠੀਕ ਹੈ। ਅੱਛਾ ਬਾਈ ਕੀ ਰੇਟ ਰੱਖਦੇ ਹੋ, ਕੀ ਡਿਮਾਂਡ ਕਰਦੇ ਹੋ? ਰੇਟ ਦਾ ਬਾਈ 1,75 ਬਾਈ। 1,75,000? ਹਾਂ ਜੀ। ਠੀਕ ਹੈ। ਸੋ ਦੋਸਤੋ 1,75,000 ਰੇਟ ਹੈ ਨੰਗਲ ਬੁੱਲ, PLDB ਨਾਭੇ ਦਾ ਬੁੱਲ ਹੈ, ਉਸ ਬੁੱਲ ਤੋਂ ਇਹ ਪ੍ਰੈਗਨੈਂਟ ਹੈ। ਪਹਿਲਾ ਸੂਆ ਬਾਈ ਉਹਨਾਂ ਨੇ ਖਰੀਦੀ ਸੀ ਤੋਕੜ ਸੀਗੀ ਅਤੇ ਦੁੱਧ 4 ਕਿਲੋ ਦਿੰਦੀ ਸੀ, ਪਰ ਜਦੋਂ ਸੇਵਾ ਕੀਤੀ ਤਾਂ ਦੁੱਧ 8 ਕਿਲੋ 'ਤੇ ਆ ਗਈ। ਸੁਭਾਅ ਦੀ ਇਹ ਠੰਡੀ ਸੀਲ ਹੈ, ਜਿਹੜੇ ਬਾਈ ਦੀ ਮੱਝ ਹੈ ਹੁਣ ਉਹ ਆਪਾਂ ਨੂੰ ਇਹਦੇ ਪਿੰਡੇ 'ਤੇ ਹੱਥ ਮਾਰ ਕੇ ਦਿਖਾਊਗਾ। ਦੂਜਾ ਵੀਰ ਇਹ ਬਾਈ ਦਾ ਦੋਸਤ ਹੈ, ਉਹ ਇਨਫੋਰਮੇਸ਼ਨ ਦਿੰਦਾ ਸੀ ਤਾਂ ਹੀ ਥੋੜ੍ਹਾ ਬਹੁਤ ਕਿਤੇ ਨਾ ਕਿਤੇ ਜਗਦਾ ਸੀ ਬਾਈ। ਸੋ ਵੈਸੇ ਇਹ ਠੰਡੀ ਸੀਲ ਮੱਝ ਹੈ ਦੋਸਤੋ, ਗਾਲਾ ਕਰੀ ਜਾਂਦੀ ਸੀਗੀ ਬਾਈ। ਛੱਡ ਦਿਓ ਬਸ, ਤੁਸੀਂ ਹਵਾਨਾ ਦੇਖੋ, ਗਾਵਾਂ ਵਾਲਾ ਹਵਾਨਾ ਦੱਸੋ ਬਿਲਕੁਲ ਫਿਕਸ, ਜਿਹੜਾ ਉਹ ਟਾਇਟ ਸਖਤ ਹੋਇਆ ਪਿਆ ਦੁੱਧ ਨਾਲ, ਪਰ ਅਜੇ ਰਹਿਣੇ ਲਊਗੀ ਸੂਟ ਦੇ ਵਿੱਚ, ਤੋ ਇੱਦਾਂ ਦਾ ਰੁੱਖ ਹੈ ਇਹਦਾ, ਬਸ ਰਹਿਣ ਦਿਓ ਬਾਈ। ਠੀਕ ਹੈ। ਉਹ ਥਣ ਦਾ ਸਾਈਜ਼ ਤੁਸੀਂ ਦੇਖ ਲਓ, ਤੋਰਿਓ ਬਾਈ ਨੂੰ, ਖੋਲਿਓ, ਜਿਹਨੂੰ ਜੱਜੇ ਕਾਲ ਕਰ ਲਓ ਜੇ। ਮੁੱਲ ਇੱਕ ਵਾਰ ਕੀਤਾ ਜਾਂਦਾ ਪਰ ਟੁੱਟ ਜਾਂਦਾ ਹੁੰਦਾ ਰੇਟ ਜਦੋਂ ਤੁਸੀਂ ਗੱਲਬਾਤ ਕਰਦੇ ਹੋ। ਵੇਲ ਬਹੁਤ ਸੋਹਣੀ, ਹਾਈਟ ਚੰਗੀ ਹੈ, ਕੱਦ ਸੋਹਣਾ ਦੱਸੋ, ਢਾਂਚਾ ਤੁਹਾਡੇ ਸਾਹਮਣੇ ਹੈ, ਅਗਾੜੀ ਚੰਗੀ ਦਿਸਦੀ ਹੈ, ਤੁਹਾਨੂੰ ਨੇੜੇ ਤੋਂ ਦਿਖਾ ਵੀ ਦੇਊਂਗਾ, ਥਣ ਦਾ ਸਾਈਜ਼ ਵੀ ਸੋਹਣਾ। ਸੋ ਇਹ ਮੱਝ ਫੋਰ ਸੇਲ ਹੈ, ਇੱਦਾਂ ਦਾ ਇਹਦਾ ਮੂੰਹ ਮੱਥਾ ਦੱਸੋ ਉਹ ਤੁਸੀਂ ਦੇਖ ਸਕਦੇ ਹੋ, ਅਗਾੜੀ ਇਹਦੀ ਦੇਖ ਸਕਦੇ ਹੋ, ਅੱਗੇ ਨੂੰ ਵੀ ਹਵਾਨਾ ਚੰਗਾ ਅਤੇ ਪਿਛਾਓਂ ਵੀ ਪੂਰਾ ਹਵਾਨਾ ਭਰਿਆ ਹੋਇਆ, ਢਿੱਲਾ ਬਣ ਕਿਤੇ ਨਹੀਂ ਹਵਾਨੇ 'ਚ। ਤੁਹਾਨੂੰ ਵੀਡੀਓ ਦਿਖਾਤੀ ਹੈ ਜਦੋਂ ਦੀ ਖਰੀਦੀ ਹੈ, ਉਹ ਵੀ ਤੁਹਾਨੂੰ ਦਿਖਾਤੀ ਹੈ, ਅੱਜ ਤੁਸੀਂ ਇਹਨੂੰ ਤਿਆਰ 'ਚ ਦੇਖ ਰਹੇ ਹੋ। ਲਿਆ ਬਾਈ ਬੰਨ ਲਓ, ਸਹੀ ਹੈ, ਹਾਈਟ ਦੇਖ ਸਕਦੇ ਹੋ ਦੋਸਤੋ, ਮੋਢੇ ਤੋਂ ਬਰਾਬਰ ਆਉਂਦੀ ਹੈ ਬਾਈ ਦੇ, ਚੰਗੇ ਕੱਦ ਕਾਠ ਦੀ ਮੱਝ ਹੈ। ਬਾਕੀ ਆ ਕੇ ਵੀ ਤੁਸੀਂ ਦੇਖਿਓ, ਫਾਈਨਲ ਕਰਿਓ, ਕਿਉਂਕਿ ਵੀਡੀਓ ਇੱਕ ਮਾਧਿਅਮ ਹੀ ਹੈ ਇਨਫੋਰਮੇਸ਼ਨ ਦਾ। ਇਹਦੀ ਤੁਸੀਂ ਅਗਲੀਆਂ ਲੱਤਾਂ 'ਚ ਜਿਹੜੀ ਦੱਸੋ ਬਾਹੂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜਾਂ ਹੈਕ ਜੀ ਹੁੰਦੀ ਹੈ, ਉਹ ਬਿਲਕੁਲ ਹੀ ਹੈ ਨਹੀਂ ਗੀ, ਹਾਲਾਂਕਿ ਕਈ ਮੱਝਾਂ ਦੇ ਬਹੁਤ ਵੱਡੀ ਆ ਜਾਂਦੀ ਹੈ। ਤੁਸੀਂ ਅੱਗੋਂ ਦੇਖੋ ਜਿਵੇਂ ਹਰਿਆਣੇ ਦੀ ਮੁਰਾ ਮੱਝ ਹੈ, ਬਿਲਕੁਲ ਅੱਗੋਂ ਫਲੈਟ ਹੁੰਦੀ ਹੈ, ਉਸੇ ਤਰ੍ਹਾਂ ਹੀ ਦੱਸੋ ਇਹਦੀ ਛਾਤੀ ਹੈ।
ना मात्र जी। तो उम्मीद है भी सोहना दुध देगी, बाकी कि चोलोंगे तुम समझना, क्योंकि रेट जो आप देखते हैं तो तुम 5 रुपए जो ये लाने हैं तो फाइनल भी तुम करना कि पशु भाई पूछ माड़ी जी फड़ ली सो आसे पासे जाती हवाना देखो थोड़ा बहुत पशु उपरे बंद तो घबरा जाता, वैसे शांत जे सुभा दी मज है इदा का रुख हवाने का। मैं अगाड़ी बारे गल की सी भाई छड़ दो एक बार इधरों तुसी अगले थान तो अगे हवाना देख सकते हो, दसो बिल्कुल जोश है नहीं गा अगले हवा थाना छजे तक जो तो नेड़ आऊगी उदो पशु भरदा अगाड़ी जी बहुत सोहनी दिसदी। सो ये रुख है इस मज का, तो अज की वीडियो चैक ही नग विकाऊ सी। धन्यवाद दोस्तों वीडियो देखने वास्ते, नंबर 22 का स्क्रीन उत्ते चली जाता, इस पर तुसी कॉल करनी है मेहरबानी।